हाँ जी, सत श्री अकाल जी, सारिआं नूं स्वागत है तुहाडा अपने अज दे व्लॉग दे विच। ते मित्रो, सवेर दे 10 बज गए, आपां उठ के नहा धो के रेडी हो के पछादा पाणी छक के रेडी आ हुण। ते बाकी इहदा मिलो अपने लखविंदर सिंह नूं, ते नाल हैगे ने अपने अंकल जी होणी। ते अपना जिहड़ा अज दा प्रोग्राम है ना, क्योंकि लखविंदर उप्पर डिपेंड है, मैनूं कहिंदा वी तेरे वास्ते इक स्पैशल सरप्राइज़ रखिआ, दस्सिआ मैनूं वी नहीं हैगा। ते जे मैनूं पता हुंदा मैं तुहाडे गाइड वी जरूर शेयर करदा वी कित्थे जाणा आपां ने। ते मेरे वास्ते सरप्राइज़ है, तुहाडे वास्ते सरप्राइज़ है। ਕੋਈ ਇੱਧਰ ਜਗ੍ਹਾ ਦੇਖਣ ਵਾਸਤੇ ਆਪਾਂ ਚੱਲੇ ਹਾਂ, ਜਿਹੜੀ ਕਿ ਕੁਝ ਸਪੈਸ਼ਲ ਹੈ, ਵਧੀਆ ਚੀਜ਼ ਹੈ, ਵਧੀਆ ਚੀਜ਼ ਹੈ, ਜ਼ਰੂਰ ਬਣੇ ਰਹੋ ਵਲੌਗ ਦੇ ਐਂਡ ਤੱਕ। ਤੇ ਤੁਹਾਨੂੰ ਵੀ ਦਿਖਾਉਂਦੇ ਆ, ਅਸੀਂ ਵੀ ਦੇਖਦੇ ਹਾਂ। ਤੇ ਮੈਂ ਤੁਹਾਨੂੰ ਕਈ ਵਾਰ ਪੁੱਛ ਰਿਹਾ, ਮੈਂ ਕਿਹਾ ਵੀ ਮੈਨੂੰ ਦੱਸ ਦੇ ਮੈਨੂੰ ਵੀ ਜਗ੍ਹਾ ਦਾ ਨਾਮ ਕੀ ਹੈ, ਵੀ ਮੈਂ ਚਲੋ ਵਲੌਗ ਦੇ ਵਿੱਚ ਮੈਂਸ਼ਨ ਕਰ ਦਿੰਦਾ, ਤੇ ਆਪਣੇ ਵੀਰਾਂ ਨੂੰ ਭੈਣਾਂ ਨੂੰ ਪਤਾ ਲੱਗ ਜੂਗਾ ਵੀ ਹਾਂ ਕਿੱਥੇ ਚੱਲੇ ਹਾਂ। ਥੋੜ੍ਹਾ ਜਿਹਾ ਜਿਹੜਾ ਹੁੰਦਾ ਨਾ, ਥੋੜ੍ਹੀ ਜਿਹੜੀ ਦਿਲਚਸਪੀ ਹੈ ਹੋਰ ਵੱਧ ਜਾਂਦੀ ਆ ਵੀ ਹਾਂ ਆਪਾਂ ਉਹ ਜਗ੍ਹਾ ਦੇਖਣ ਵਾਸਤੇ ਚੱਲੇ ਹਾਂ। ਪਰ ਇਹ ਕਹਿੰਦਾ ਸਰਪ੍ਰਾਈਜ਼ ਹੈ, ਤੇ ਚਲੋ ਕੋਈ ਨਹੀਂ, ਆਪਾਂ ਸਰਪ੍ਰਾਈਜ਼ ਵੀਰ ਦਾ ਸਰਪ੍ਰਾਈਜ਼ ਰੱਖਣਾ। ਚਲੀਏ, ਚਲੋ 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 ਚਲੀਏ। ਓਕੇ ਓਕੇ, ਯਾਰ ਦੇਖੋ ਇੱਧਰ ਆਪਾਂ ਜਾਵਾਂਗੇ ਆਪਣੀ ਗੱਡੀ BMW ਵਿੱਚ। ਅੰਕਲ ਜੀ ਬੈਠੋਗੇ, ਤੁਸੀਂ ਬੈਠੋ, ਮੈਂ ਬੈਠਾਂ। ਲਓ ਤੇ ਤੁਹਾਨੂੰ ਆਪਾਂ ਗੱਡੀ ਦਾ ਮਾੜਾ ਜਿਹਾ ਰਿਵਿਊ ਦੇ ਦਿੰਦੇ ਹਾਂ। ਇਹ ਵਾਲੀ ਗੱਡੀ ਹੈ ਮਿੱਤਰੋ, ਆਟੋਮੈਟਿਕ ਕਾਰ ਹੈ, ਸੁੱਖਾ ਸਿੰਘ ਦੀ। ਤੇ ਆਪਣਾ ਮੁੰਡਾ ਸੁੱਖਾ ਸਿੰਘ ਸੈਣੀ ਸਾਹਿਬ, ਲਖਵਿੰਦਰ ਦਾ ਛੋਟਾ ਭਰਾ ਹੀ ਆ, ਤੇ ਉਹਦੀ ਗੱਡੀ ਆ। ਤੇ ਆਹ ਦੇਖੋ ਇੱਧਰ, ਇਹ 'ਚ ਗੇਅਰ ਦੇਖੋ, ਇਹ 'ਚ ਆਪਣੀ ਹੈਗੀ ਮਨੁਅਲ, ਇਹ ਹੈਗੀ ਆਟੋਮੈਟਿਕ, ਰਿਵਰਸ ਨਿਊਡਲ ਤੇ ਡਰਾਈਵ ਗੇਅਰ। ਤੇ ਇਸ ਟਾਈਮ ਲੱਗੀ ਹੋਈ ਹੈ ਪੀ ਤੇ ਪਾਰਕਿੰਗ ਲੱਗੀ ਹੋਈ ਆ, ਤੇ ਡੀ ਤੇ ਗੇਅਰ ਪਾਓ। ਤੇ ਚੱਲੀਏ ਫਿਰ, ਚਲੋ। ਤੇ ਫੋਟੋ ਦੇਖੋ ਵੀਰ, ਆਪਣਾ ਮੂਸੇ ਵਾਲਾ ਫੈਨ ਹੈ ਨਾ। ਸਤਨਾਮ ਵਾਹਿਗੁਰੂ ਸੱਚਾ ਪਾਤਸ਼ਾਹ, ਸੁੱਖ ਰੱਖੀ ਮੇਰੇ ਮਾਲਕਾ। ਤੇ ਹੁਣ ਆਪਾਂ ਰੁਕੇ ਹਾਂ ਆਪਣੀ ਗੱਡੀ ਦੇ ਵਿੱਚ ਤੇਲ ਪਾਉਣ ਵਾਸਤੇ। ਆਹ ਦੇਖੋ ਇਹ ਤਾਂ ਰੂਪੀ ਗੱਡੀ ਬੈਕ ਲਾ ਰਿਹਾ ਆਪਣਾ, ਇਹਨੇ ਪਹਿਲਾਂ ਗੱਡੀ ਇੱਧਰ ਲਾਈ ਦੀ, ਘੁੰਮਾ ਕੇ ਫਿਰ ਪਰਲੇ ਪਾਸੇ ਲਾਤੀ। ਆ ਜਾ ਵੀ ਆ ਜਾ, ਬਸ ਇੱਦਾਂ ਹੀ ਖੁੱਲ ਜਾਂਦੀ ਹੈ। ਆਹ ਲੈ ਵੇ, ਰੱਖਣ ਵਾਸਤੇ, ਟੰਗਣ ਵਾਸਤੇ ਇਹਨੂੰ, ਇੱਦਾਂ ਵੀ ਇੱਦਾਂ ਢੱਕਣ ਖੋਲੋ ਅਤੇ ਇਹ 'ਚ ਇੱਦਾਂ ਟੰਗੋ। ਲਓ ਜੀ ਮਿੱਤਰੋ, ਮਸ਼ੀਨ ਚੱਲਦੀ ਹੋ ਗਈ ਆ। ਆਹ ਹੈਗਾ ਪੈਟਰੋਲ ਦਾ ਅਤੇ ਆਹ ਹੈਗਾ ਡੀਜ਼ਲ ਦਾ। ਆਹ ਦੇਖੋ ਪੰਪ ਚੱਕਿਆ ਆਪਾਂ ਨੇ, ਮੀਟਰ 0। ਆਹ ਦੇਖ ਤੇਲ ਦਾ ਰੇਟ ਹੈਗਾ ਉਰੇ 1 ਯੂਰੋ ਅਤੇ 75 ਸੈਂਟ। ਕਿੰਨੇ ਬਣ ਗਏ ਇੰਡੀ ਸਾਹਿਬ ਰੁਪਏ? 9 ਸਾਰਾ 170 ਰੁਪਏ ਬਣਦੇ। ਬਹੁਤ ਤੇਲ ਮਹਿੰਗਾ ਯਾਰ, ਆਪਣੀ ਇੰਡੀਆ ਦਾ 80-88 ਰੁਪਏ ਤੇਲ ਆ ਸਰ, ਹੈ ਨਾ। ਆਪਣਾ ਡੂਡਾ ਫਰਕ ਆ ਉਰੇ, ਮਹਿੰਗਾ ਹੈ, ਮਹਿੰਗਾਈ ਬਹੁਤ ਹੈ ਇਟਲੀ ਦੀ ਯਾਰ। ਆ ਜਿਹੜਾ ਬਾਕੀ ਤੁਹਾਨੂੰ ਲੱਗਣਾ ਪਤਾ ਹੁਣ ਕਿੰਨੇ ਲੀਟਰ ਤੇਲ ਪੈਂਦਾ ਹੈ, ਕਿੰਨੇ ਦਾ ਪਾਉਣ ਰੁਪਏ? 40 ਰੁਪਏ ਦਾ ਇਹ 39 ਉਹ ਤੇਰੇ ਭਲਾ ਜੀ, ਕੋਈ ਨਹੀਂ ਕੋਈ ਨਹੀਂ, 45 ਗੱਲ ਹੈ ਪੂਰਾ। ਪੂਰਾ ਕਿਹਾ 45 ਆ ਭਾਈ, ਇਹਦਾ ਮੈਂ ਲੈਣਾ ਜਾਵਾਂ, ਨਹੀਂ ਲੈਣਾ ਹੁੰਦਾ ਆਪਾਂ ਪੂਰਾ ਕਰਾਂਗੇ, 45 ਦੇਖੀ ਜਾਊਗੀ ਇਹਨਾਂ 'ਚ, ਨਿੱਚੇ ਨਹੀਂ ਕਦੇ ਪੂਰਾ ਪੈਂਦਾ। ਕੱਲ ਤਾਂ ਜਦੋਂ ਨਾ ਮੈਂ ਉਰੇ ਆਇਆ ਸੀਗਾ, ਠੰਡ ਸੀਗੀ, ਮੀਂਹ ਵੀ ਪੈਂਦਾ ਸੀਗਾ ਮਾੜਾ ਮਾੜਾ, ਪਰ ਅੱਜ ਮੁੜ ਕੇ ਫਿਰ ਦੁਬਾਰਾ ਮੌਸਮ ਐਨ, ਧੁੱਪ ਕੜਕੇ ਦੀ ਧੁੱਪ ਹੈ, ਬਹੁਤ ਸੋਹਣਾ ਮੌਸਮ ਹੈ। ਤੇ ਬਾਕੀ ਨਾ ਕਿ ਵੀਰ ਦਾ ਮੈਨੂੰ ਕਮੈਂਟ ਵੀ ਆਇਆ ਸੀਗਾ, ਪੁੱਛਿਆ ਸੀ ਵੀਰ ਨੇ ਵੀ ਇੱਡੇ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਆਪਣੇ, ਵੀ ਸਟੱਡੀ ਦਾ ਕੀ ਹਿਸਾਬ ਕਿਤਾਬ ਹੈ, ਇੰਗਲਿਸ਼ ਵਾਲੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਆ ਜਾਂ ਨਹੀਂ ਪੜ੍ਹਾਈ ਜਾਂਦੀ, ਬੱਚਿਆਂ ਦਾ ਬਾਹਰ ਇਸ ਤੋਂ ਬਾਅਦ ਜਾ ਕੇ ਭਵਿੱਖ ਕੀ ਆ, ਹੈ ਨਾ। ਅੱਗੇ ਸੀਗਾ ਵੀਰੇ ਵੀ ਅੱਗੇ ਇੰਗਲਿਸ਼ ਬਹੁਤ ਘੱਟ ਸੀਗੀ ਉਰੇ, ਅਤੇ ਹੁਣ ਵੀ ਆਪਾਂ ਕਿਸੇ ਦਫ਼ਤਰਾਂ ਵਿੱਚ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਬਹੁਤਾਤ ਇਟਾਲੀ ਨਹੀਂ ਬੋਲੀ ਜਾਂਦੀ ਉਰੇ, ਪਰ ਸਕੂਲਾਂ ਦੇ ਵਿੱਚ ਹੁਣ ਸ਼ੁਰੂ ਹੋ ਗਿਆ, ਸਬਜੈਕਟ ਲੱਗ ਗਿਆ ਇੰਗਲਿਸ਼ ਦਾ। ਅਤੇ ਜਿਹੜੇ ਬੱਚੇ ਹੁਣ ਜਿਵੇਂ ਆਪਣਾ ਗੁਰਸ਼ਾਨ ਵੀ ਪੜ੍ਹਨ ਵਾਸਤੇ ਜਾਂਦਾ ਹੈ, ਇਸ ਇੱਦਾਂ ਦੀ ਏਜ ਦੇ ਬੱਚੇ ਜਾਂਦੇ ਨੇ, ਅਤੇ ਉਹਨਾਂ ਨੂੰ ਸਕੂਲ ਦੇ ਵਿੱਚ ਇੱਕ ਸਬਜੈਕਟ ਲੱਗਿਆ ਹੋਇਆ ਜਿਹਦੇ ਵਿੱਚ ਇੰਗਲਿਸ਼ ਸਿਖਾਉਂਦੇ ਆ। ਅਤੇ ਜਿਹੜੇ ਅੱਜ ਕੱਲ੍ਹ ਦੇ ਨਵੇਂ ਬੱਚੇ ਯੂਨੀਵਰਸਿਟੀ ਪੜ੍ਹਦੇ ਆ, ਅਤੇ ਉਹ ਵੀ ਇੰਗਲਿਸ਼ ਬੋਲਦੇ ਆ, ਮਤਲਬ ਵੀ ਬੋਲ ਬੋਲਣਾ ਇੰਗਲਿਸ਼ ਦਾ ਹੁਣ ਚੱਲਦਾ ਚੱਲਦਾ ਇਟਲੀ ਤੱਕ ਪਹੁੰਚ ਗਿਆ। ਜਿਹੜੇ ਬੱਚੇ ਅੱਜ ਉਰੇ 2-3-4 ਸਾਲ ਦੇ ਹੈਗੇ ਆ, ਜਦੋਂ ਉਹਨਾਂ ਨੇ 5-7 ਸਾਲ ਤੱਕ ਵੱਡੇ ਹੋਣਾ ਹੈ, ਉਹਦਾ ਇੰਗਲਿਸ਼ ਦਾ ਬੋਲਬਾਲਾ ਉਰੇ ਪੂਰੇ ਤਰੀਕੇ ਨਾਲ ਆ ਜਾਣਾ, ਵਧੀਆ ਹੋ ਜਾਣਾ। ਪਰ ਜੇ ਆਪਾਂ ਅੱਜ ਦੀ ਗੱਲ ਕਰੀਏ, ਅੱਜ ਹੈ ਫਰਕ, ਹੋਰ ਦੇਸ਼ਾਂ ਦੇ ਮੁਕਾਬਲੇ ਇਟਲੀ ਵਿੱਚ ਇੰਗਲਿਸ਼ ਥੋੜ੍ਹੀ ਘੱਟ ਹੀ ਚੱਲਦੀ ਆ, ਇਹ 'ਚ ਕੋਈ ਸ਼ੱਕ ਨਹੀਂ ਹੈਗਾ, ਪਰ ਇਨ ਫਿਊਚਰ ਇਹਦੇ ਰਿਜ਼ਲਟ ਜ਼ਿਆਦਾ ਵਧੀਆ ਆਉਣ ਦੀ ਸੰਭਾਵਨਾ ਲਾਈ ਜਾਂਦੀ ਆ। ਅਤੇ ਹੁਣ ਪਹੁੰਚ ਗਏ ਆਪਾਂ ਆਪਣੀ ਸਿਸਟਰ ਕੁਲਵੀਰ ਦੇ ਘਰਾਂ। ਆਹ ਘਰ ਕੁਲਵੀਰ ਨੇ ਲੱਤਾਂ ਆਪਣੀ ਨੇ, ਆਹ ਦੇਖੋ ਇੱਧਰ ਇਹ ਸਾਰੀ ਬਿਲਡਿੰਗ ਹੀ ਵਾ, ਵਿੱਚ 2-3 ਦੁਕਾਨਾਂ ਵੀ ਹੈਗੀਆਂ, ਅਤੇ ਇੱਧਰ ਗੇਟ ਉੱਪਰ ਜਾ ਕੇ, ਅਤੇ ਉੱਪਰ ਸਾਰਾ ਸਾਰੇ ਕਮਰੇ ਸਾਰੇ ਘਰ ਉੱਪਰ ਇਹਨਾਂ ਦਾ ਹੀ ਆ, ਆਹ ਸਾਰਾ ਪਿੱਛੇ ਤੱਕ ਅਤੇ ਉਹ ਖੁੰਝੇ ਤੱਕ। ਉਹ ਵਾਹਿਗੁਰੂ ਸੱਚਾ ਪਾਤਸ਼ਾਹ।
स्वागत है तेरा मेरे नवे घर दे विच। कितने बच्चे? बच्चे बड़ा स्कूल गया ना। वाओ घर बहुत सोहना खुला डोला वधिया है ना। ते मैं तो देखो इधर भैन कॉफी बना के ले गई कलवीर। इनू पता है ना वीरा मेरा कॉफी बहुत पींदा। देखो ना चाय नहीं बनाई इन्हें। टाइम हो गया ना तेरी कॉफी दा। करी मैं कॉफी बुलाऊंगी तेनू। आ देखो कॉफी बना के ले आई है। ते अंकल जी पाया दुध कॉफी दे विच। अंकल पसंद नहीं कॉफी बनी ना कौड़ी है ना। कौड़ी हुंदी है। हैं कैपुचिनो बन गई। लाते मैं कह दो बन गया। मीठा देखिया भी थोड़ा होता मैं थाने। नहीं मैं तो सेंसर शुक्र पीनी है। तू सेंसर शुक्र। हां रूपी चमचे गुरु पर इन चमचे ये मीठा ठोक ही खाता ना। ओ गुरवाज सिंह भी आ गया। मेरा गुरवाज सिंह भी आ गया। मेरा मेरी पुत्री आ गई। मामू को परिया करूंगा। मामू को परिया करूंगा। ऐठ जा रे। कह मैं ना हुन मामू दे नाले चले जाना। ओए ओए ठीक है। हसी भाई इधर मित्रों मेरे ऊपर अपने आ जा। गुरबाज दसूगा मेनू जिथे गुरबाज करूंगा। अच्छा मुंडे मिलना जाके साडा मित्र पुराना ओनू भी जाके मिलना भी लागे रहिंदा। फिर रूपी कहना मैं जाके ले जाना जगह के उपर घूमने वास्ते। ओ मैनू नहीं पता कित्थे जाना है। आप मिलो इधर जिगरी यार पुराने बचपन यार तू भी दुखी ही करदा सब तो वध दो घंटे हो गए मैनू कहना आ गया जिंदगी आप चलते अपनी मेन डेस्टिनेशन उपर। टाइम देखो दिन के 12:30 हो गए। तो आप चली है ना। आओ चलिए बैठो मारो हिम्मत। तो मित्रों आप हम पहुँच गए इस टाइम। यह है शहर का नाम त्रिएस्ते। तो यह वाला राउट उस तरह से छे आपने ये इटली का लास्ट अपन बैरीगेट है। बस वो अपने पैसे कटा के अगर सामने गांह बॉर्डर आ जाना ऑस्ट्रेलिया गांह शुरू हो जाना। तो यह मतलब इटली इतने लगभग एंड हो रहा अगे है विशाल थोड़ा शहर जहाँ पर ऑटो सराह इतने ब्लॉक हो जाता बंद हो जाता है। सामने गल शुरू होना स्टरिया। इटली का लास्ट शहर है। पिछे देखो कितना सोहना बनाया हुआ है। वैसे सारा ही पुराने तरीके नाल बनाया हुआ। उदा ही मेंटेन रखा हुआ है। इधर देखो आ वाला ये स्टैचू इतने बनया वै। तो बाकी दसूगा लखविंदर ये तू भी कहने पास बने दस माड़ा जा जरा देखो आ फटिया वै जरा पखर पखर इनवेंट किया बंद ने। तो रूपी ने अखा चखा पा के देख रहे भी तू सच बोल रहे सच बंदा
ਆ ਦੇਖੋ ਇਤਨਾ ਹੈ ਪੂਰਾ ਲੱਗਦਾ ਤੂੰ ਐ ਸਾਹਮਣੇ ਦੇਖਦਾ ਦੇ ਕਹਿੰਦਾ ਮੈਂ ਹੀ ਆ ਦਿਖ ਰਿਹਾ ਨਾ ਸਮੁੰਦਰ ਦਾ ਨਾਰਥ ਪਾਸ ਨਾਰਥ ਕਹਿ ਦਿੰਦੇ ਆ ਨਾਰਥ ਨੂੰ ਆ ਕੇ ਲਾਸਟ ਹੈ ਫਿਰ ਇਹਦੇ ਬਾਅਦ ਆਸਟਰੀਆ ਚੈਕਸਲਵਾਕੀਆ ਹੰਗਰੀ ਸਰਬੀਆ ਰੋਮਾਨੀਆ ਬੁਲਗਾਰੀਆ ਗਰੀਸ ਇਹਦੇ ਫਿਰ ਨਾਲ ਦੇ ਸਾਰੇ ਕੰਟਰੀਆਂ ਇੱਧਰ ਨੂੰ ਪੈ ਜਾਂਦੀਆਂ ਸਿਰ ਤੋਂ ਪੈ ਜਾਂਦੀਆਂ ਹਾਂ ਜਾਣੀ ਕਿ ਇੱਕ ਮੁੰਡੇ ਡੋਂਕੀ ਲਾ ਕੇ ਸੁਣਿਆ ਹੀ ਹੋਇਆ ਵੈਸੇ ਤੁਹਾਨੂੰ ਪਤਾ ਵੀ ਆ ਵੀ ਇੱਥੇ ਆ ਕੇ ਉਹ ਰਸਤਾ ਹੈ ਇਟਲੀ ਚ ਐਂਟਰ ਤਰੀਸ 'ਤੇ ਓਕੇ ਹਾਂ ਇਟਲੀ 'ਚ ਆ ਕੇ ਵੀ ਜਿੰਨੇ ਮੁੰਡੇ ਡੋਂਕੀ ਲਾ ਕੇ ਆਉਣੇ ਸਾਰੇ ਇੱਥੇ ਨੂੰ ਐਂਟਰ ਹੋਣੇ ਆ ਇੱਥੇ ਆ ਐਂਟਰ ਸਾਨੂੰ ਦੇਖਣ ਨੂੰ ਮਿਲੇ ਇੱਥੇ ਦੋ ਚਾਰ ਮੁੰਡੇ ਰੋਡ ਦੇ ਉੱਪਰ ਤੁਰਦੇ ਪਏ ਦੇਖੀ ਵਿਚਾਰੇ ਅਤੇ ਜਿਹੜੇ ਪੈਰਾਂ 'ਚ ਚੱਪਲਾਂ ਹੱਥੇ ਛੋਟੀ ਕਿੱਟ ਫੜੀ ਵੀ ਆ ਜਿੱਦਾਂ ਤੁਹਾਨੂੰ ਪਤਾ ਹੀ ਚੱਲ ਕੇ ਬੰਦਾ ਜਦੋਂ ਆਉਂਦਾ ਵੀ ਸਾਰੀ ਚੀਜ਼ਾਂ ਬੰਦਾ ਕੈਸ਼ ਕਰਕੇ ਅਵੇਲੇਬਲ ਨਹੀਂ ਲੈ ਕੇ ਆਉਂਦਾ ਤਾਂ ਕਰਕੇ ਇੱਥੋਂ ਹੀ ਗਾਹਾਂ ਜਾ ਕੇ ਫਿਰ ਬੰਦੇ ਨਿਕਲਦੇ ਗਾਹਾਂ ਫਿਰ ਗਾਹਾਂ ਵਿਨੇਸ਼ੀਆ ਗਾਹਾਂ ਰੋਮ ਨੂੰ ਇੱਥੋਂ ਗਾਹਾਂ ਨਿਕਲਦੇ ਆ ਅਤੇ ਬਾਕੀ ਹਵਾ ਬਹੁਤ ਚੱਲਦੀ ਹੈ ਜੇ ਨਾ ਸ਼ਾਇਦ ਮੇਰੀ ਆਵਾਜ਼ ਮਾੜੀ ਮੋਟੀ ਵਿੱਚ ਫੜਫੜ ਕਰਦੀ ਹੋਵੇ ਅਤੇ ਜੇ ਪ੍ਰੋਪਰ ਸਮਝ ਆਉਂਦੀ ਤਾਂ ਬੈਟਰ ਨਹੀਂ ਸਮਝ ਆਉਂਦੀ ਮਾੜੇ ਕੌਂਸਟਰੇਟ ਕਰਕੇ ਸਮਝੋ ਗੱਲ ਨੂੰ ਹਵਾ ਬਹੁਤ ਚੱਲਦੀ ਸਮੁੰਦਰ ਤੱਟ 'ਤੇ ਨਾ ਹਵਾ ਦਾ ਬਹੁਤ ਜ਼ਿਆਦਾ ਪ੍ਰਭਾਵ ਰਹਿੰਦਾ ਇੱਥੇ ਅਤੇ ਬਾਕੀ ਇੱਧਰ ਮੈਂ ਤਾਂ ਆਪਣੇ ਮੁੰਡੇ ਕੀ ਦੇਖੀ ਆ ਨਾਲੇ ਵੀਰ ਕੇ ਨਹੀਂ ਸਹੀ ਗੱਲ ਸਾਡੀ ਕਿੰਨੀਆਂ ਪੁਰਾਣੀਆਂ ਯਾਦਾਂ ਸਾਡੀ ਇਕੱਠੀਆਂ ਤਾਜ਼ਾ ਹੋ ਗਈਆਂ ਨਾ ਰੁਪੀ ਤੂੰ ਕੁੰਨ ਖੱਟ ਗਿਆ ਸਹੀ ਗੱਲ ਹੈ ਅਤੇ ਇੱਧਰ ਆਹ ਬਣੀਆਂ ਵੀ ਪੌੜੀਆਂ ਸਮੁੰਦਰ 'ਚ ਉਤਰਨ ਵਾਸਤੇ ਕੋਈ ਜਿਹੜੀ ਕਿਸ਼ਤੀ ਆ ਜਦੋਂ ਕਿਸ਼ਤੀ ਦੇ ਵਿੱਚ ਚੜ੍ਹਨਾ ਹੈ ਉਹ ਕਿਸ਼ਤੀ ਨੇੜੇ ਜਾ ਕੇ ਲਾ ਲੈਣੀ ਆ ਅਤੇ ਦੇਖੋ ਲੋਕ ਲੱਗਿਆ ਸਾਹਮਣੇ ਅਤੇ ਇਹਨੂੰ ਥੱਲੇ ਕਰਕੇ ਅਤੇ ਤੂੰ ਉਤਰ ਕੇ ਚੜ੍ਹ ਕੇ ਜਾ ਕੇ ਬੰਦਾ ਕਿਸ਼ਤੀ ਬਹਿ ਗਏ ਗਾਹਾਂ ਫਿਰ ਸਮੁੰਦਰ ਉਤਰਦੇ ਆ ਫਿਰ ਰੁਪਈ ਆਹ ਕੀ ਬਣਿਆ ਵੈ ਦੂਰਬੀਨ ਇਹਦੇ ਵੀ ਦੇਖਣ ਵਾਸਤੇ ਦੂਰਬੀਨ ਦੇ ਵਿੱਚ ਹੈ ਤੇਰਾ ਭਲਾ ਹੋਏ ਤੇਰਾ ਪਰ ਬਹੁਤਾ ਵੀ ਚਾਹੀਦਾ ਯਾਰ ਜਵਾਕ ਖੜੇ ਸਾਹਮਣੇ ਨਾ ਬਸ ਇਹ ਕਲੀਅਰ ਦਿਖਦੇ ਆ ਜਿਹੜਾ ਉਹ ਸ਼ਿਪ ਖੜਾ ਹੈ ਜਿਹੜਾ ਪਹਿਲਾਂ ਉਹ ਦਿਖਦਾ ਸਾਈਡ ਤੇ ਖੜਾ ਆਪਾਂ ਨੇ ਐਡੀ ਬਹੁਤੀ ਤਾਂ ਨਹੀਂ ਦਿਖਦਾ ਇੰਨਾ ਹੀ ਦਿਖਦਾ ਜਿਹੜੇ ਉਹ ਸਾਹਮਣੇ ਖੜੇ ਉਹ ਦਿਖਦੇ ਬਸ ਆਹ ਪੋਰਟ ਤੱਕ ਦਿਖਦਾ ਇੱਕ ਵੀ ਦਿਖਦਾ ਆਹ ਚੀਜ਼ ਨਹੀਂ ਦਿਖਦੀ ਬਸ ਅਤੇ ਜਿਹੜੇ ਆਹ ਵਾਲੇ ਨਾ ਲੋਹੇ ਦੇ ਪੱਥਰ ਲੱਗੇ ਹੋਏ ਆ ਇਹ ਲੱਗੇ ਹੋਏ ਵੀ ਸ਼ਿਪ ਲਿਆ ਕੇ ਇਹਨੂੰ ਬੰਨਣ ਵਾਸਤੇ ਲੱਗੇ ਹੋਏ ਰੱਸਾ ਪਾ ਕੇ ਸੰਗਲ ਪਾ ਕੇ ਇਹਨੂੰ ਬੰਨਣ ਵਾਸਤੇ ਲੱਗੇ ਹੋਏ ਆ ਕੰਢੇ ਪਰ ਅਤੇ ਮਿੱਤਰੋ ਆਹ ਵਾਲਾ ਮੇਨ ਪਿਆਸਾ ਹੈ ਦੇਖੋ ਇੱਥੇ ਲੋਕ ਨਾ ਘੁੰਮਣ ਵਾਸਤੇ ਆਉਂਦੇ ਆ ਦੇਖੋ ਕਿੰਨੇ ਸਟੂਡੈਂਟ ਸਾਰੇ ਸਕੂਲ ਦੇ ਬੱਚੇ ਟੂਰ ਲੈ ਕੇ ਆਏ ਹੋਏ ਆ ਘੁੰਮਣ ਵਾਸਤੇ ਉਰੇ ਇੱਥੋਂ ਲੱਗੇ ਹੋਏ ਪੌੜੀਆਂ ਦੇਖੋ ਸਾਹਮਣੇ ਆਹ ਦੇਖੋ ਇੱਥੇ ਅਤੇ ਇੱਧਰ ਇੱਕ ਨਾ ਹੋਰ ਚੀਜ਼ ਦੱਸ ਦਿਉ ਮੈਂ ਆਹ ਦੇਖੋ ਇੱਧਰ ਮੂਰਤੀ ਲੱਗੀ ਵੀ ਇੱਥੇ ਨਾ ਇਟਲੀ ਵਿੱਚ ਇੱਕ ਹੋਰ ਚੀਜ਼ ਹੈ ਕੋਈ ਵੀ ਤੁਹਾਨੂੰ ਮੂਰਤੀ ਲੱਗੀ ਮਿਲੇ ਕਿਸੇ ਵੀ ਪਿਆਸੇ ਦੇ ਵਿੱਚ ਉਹ ਐਵੇਂ ਵੈਸੇ ਨਹੀਂ ਲੱਗੀ ਹੁੰਦੀ ਉਹਦਾ ਕੋਈ ਨਾ ਕੋਈ ਇਤਿਹਾਸ ਨਾਲ ਕੋਈ ਨਾ ਕੋਈ ਸੰਬੰਧ ਜ਼ਰੂਰ ਹੁੰਦਾ ਹੈ ਅਤੇ ਇਹਨਾਂ ਨੇ ਪ੍ਰੋਪਰ ਬਹੁਤ ਖੂਬੀ ਦੇਖੋ ਲਿਖਿਆ ਹੋਇਆ ਵੀ ਹੈਗਾ ਪਰ ਜਿਹੜਾ ਕੈਂਚੀ ਲੱਗੀ ਲੱਗਦੀ ਹੈ ਮੈਨੂੰ ਲੱਗਦਾ ਵੀ ਇਹ ਨਾ ਕੈਂਚੀ ਕੈਂਚੀ ਬਣਾਈ ਹੋਈ ਲੱਗਦਾ ਇਹਨਾਂ ਮੈਨੂੰ ਲੱਗਦਾ ਮੈਂ ਕੈਂਚੀ ਬੰਨ ਕੇ ਕੈਂਚੀ ਨੂੰ ਵੀ ਲੋਕ ਲਾਇਆ ਹੋਇਆ ਇਹ ਉੱਪਰ ਲਿਖਿਆ ਹੋਇਆ ਲਿਖਿਆ ਪੁੱਠੇ ਇਹਨਾਂ ਨੇ ਵੀ ਪੜ੍ਹਨਾ ਹੋਵੇ ਬੰਦੇ ਜੀ ਆ ਹੈ ਬੰਦੇ ਜੀ ਤਾਂ ਹੋ ਗਏ ਅਤੇ ਆਹ ਦੇਖੋ ਇੱਧਰ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਮੈਨੂੰ ਲੱਗਦਾ ਵੀ ਇਹ ਦਰਜੀ ਹੋਣੀ ਵਿਚਾਰੀ ਆ ਦੇ ਐਂ ਲੱਗਦਾ ਸੂਈ ਧਾਗਾ ਪਾ ਰਹੀ ਹੁੰਦੀ ਰੁਪੀ ਹੈ ਨਾ ਲੱਗਦਾ ਨਹੀਂ ਅੰਗ ਲੱਗਦਾ ਨਾ ਜਿਵੇਂ ਸੂਈ ਧਾਗਾ ਪਾ ਰਹੀ ਆ ਸੇਮ ਹੱਥਾਂ ਦੀ ਜਿਹੜੀ ਪੋਜੀਸ਼ਨ ਆ ਉਦਾਂ ਕੀਤੀ ਹੋਈ ਆ ਹਾਂ ਸਹੀ ਗੱਲ ਰੀਲਾਂ ਪਈਆਂ ਮਿੱਤਰੋ ਇਹ ਬਾਕੀ ਟੇਲਰ ਸੀਗੀ ਆਪਣੀ ਬੁਟੀਕ ਵਾਲੀ ਸਹੀ ਗੱਲ ਹੈ ਨਾ ਹੁਣ ਇਹ ਨਹੀਂ ਪਤਾ ਵੀ ਇਹਨੇ ਕੀ ਬਣਾਇਆ ਸੀ ਇਹ ਇੱਥੇ ਲਿਖਿਆ ਹੋਣਾ ਪਾਣੀ ਸਾਫ਼ ਤਾਂ ਹੋਊਗਾ ਵੈਸੇ ਹੋਊਗਾ ਨੂਨ ਵਾਲਾ ਹੈ ਨਾ ਜਰਬਲ ਵੀ ਹੈਗੀ ਆ ਤਿਲਕਣ ਵੀ ਹੋਊਗੀ ਦਹੀਂ ਪੂਰੀ ਵਾਲੀ ਪੀ ਕੇ ਨੂਨ ਵਾਲਾ ਹੋਊਗਾ ਟਰਾਈ ਕਰੀ ਨਾ ਡੁੱਬ ਰਹੀ ਸੰਗਲ ਲਾਉਣੇ ਵਾਲੇ ਨੇ ਵੈਸੇ ਹੈਂ ਨੂਣਾ ਸਮੁੰਦਰ ਦਾ ਪਾਣੀ ਆ ਨਾ ਦੇਖੀ ਧਿਆਨ ਨਾਲ ਅਤੇ ਗੱਡੀ ਹੁਣ ਲੱਗੀ ਆ ਡਰਾਈਵ ਕਰਨ ਵਾਸਤੇ ਮੈਂ ਆਟੋਮੈਟਿਕ ਗੱਡੀ ਆ ਅਤੇ ਦੇਖਦੇ ਹਾਂ ਕਿੱਦਾਂ ਚੱਲਦੀ ਆ ਇਹਦੀ ਚਾਬੀ ਲਾਉਣੀ ਨਹੀਂ ਪੈਂਦੀ ਮਿੱਤਰੋ ਬਸ ਇੱਥੇ ਰੱਖਣੇ ਕੋਲ ਆਪਾਂ ਨੇ ਅਤੇ ਗੱਡੀ ਬਹਿ ਗਈ ਬਸ ਸਿੱਧਾ ਹੀ ਸਟਾਰਟ ਬਰਸ ਦਾ ਗੇਅਰ ਪਾਤਾ ਆਪਾਂ ਨੇ ਅਤੇ ਹੁਣ ਮਿੱਤਰੋ ਆਪਾਂ ਪਹੁੰਚੇ ਸੀ ਕਸਟੈਲੋ ਦੀ ਮੀਰਾ ਮਾਰੇ ਆਹ ਵਾਲੀ ਕਸਟੈਲੋ ਹੈ ਕਸਟੈਲੋ ਕਹਿੰਦੇ ਮਹਿਲੂ ਕਹਿੰਦੇ ਕਸਟੈਲੋ ਅਤੇ ਆਹ ਦੇਖੋ ਬਿਲਕੁਲ ਐਨ ਸਮੁੰਦਰ ਦੇ ਐਨ ਕੰਢੇ ਉੱਤੇ ਬਣਿਆ ਹੋਇਆ ਇੱਥੋਂ ਸਮੁੰਦਰ ਆਉਂਦਾ ਅਤੇ ਇਹਦੋਂ ਨਿਕਲ ਜਾਂਦਾ ਇੱਦਾਂ ਦੇਖੋ ਤੁਸੀਂ ਬਿਲਕੁਲ ਐਨ ਕੰਢੇ ਦੇ ਉੱਤੇ ਆ
ਤੇ ਥੱਲੇ ਤੋਂ ਕਿੰਨੀ ਸੋਹਣੀ ਡੈਕੋਰੇਸ਼ਨ ਬਣਾਈ ਵੀ ਇਹਨਾਂ ਨੇ ਤੇ ਪਾਰਕ ਦੇਖੋ ਸਾਰਾ ਕੁਛ ਪੁਰਾਣਾ ਹੀ ਆ ਇੱਦਾਂ ਮੰਟੇ ਜਾ ਕੇ ਸਾਂਭਿਆ ਹੋਈ ਆ ਇੱਥੋਂ ਦੇਖੋ ਮਿੱਤਰੋ ਕਿਸ ਤਰ੍ਹਾਂ ਦਾ ਵਿਊ ਦੇਖੋ ਪਾਰਕ ਸਾਰੀ ਪਾਰਕ ਇੱਥੋਂ ਹੈ ਤੇ ਆਪਾਂ ਹੁਣ ਕਿਸ ਤਰ੍ਹਾਂ ਨਾ ਐਨ ਚੱਲਿਆ ਬੈਕ ਸਾਈਡ ਸਮੁੰਦਰ ਤੱਟ ਇੱਥੋਂ ਐਨ ਦਿਖੂ ਆਪਾਂ ਨੂੰ ਦੇਖਿਓ ਤੁਸੀਂ ਇਹ ਆ ਗਿਆ ਸਮੁੰਦਰੀ ਤੱਟ ਇਹ ਸ਼ਾਹੀ ਮਹਿਲ ਇੱਥੇ ਖੜ ਕੇ ਰਾਣੀ ਦੇਖਦੇ ਹੋਣੀ ਆ ਨਾ ਇੱਧਰ ਨੂੰ ਸਮੁੰਦਰ ਕਿਹਨੇ ਨੂੰ ਆਹ ਦਰਖਤ ਬਾਅਦ ਚ ਲੱਗਿਆ ਹੋਣਾ ਜੀ ਪੱਕਾ ਹੁੰਦਾ ਪਹਿਲਾਂ ਰਾਣੀ ਕਟਵਾ ਦੇਣਾ ਸੀਗਾ ਵੀ ਦਿਖਦਾ ਨਹੀਂ ਸਮੁੰਦਰ ਮੈਨੂੰ ਪੱਕੀ ਗੱਲ ਹੈ ਗਰੰਟੀ ਆ ਨਾ ਜੀ ਠੀਕ ਆ ਜੀ ਇਹ ਬਾਅਦ ਚ ਬੜਾ ਹੋਇਆ ਜੇ ਪਹਿਲਾਂ ਹੁੰਦਾ ਤਾਂ ਰਾਣੀ ਕਹਿੰਦਾ ਇਹਨੂੰ ਕਟਾਓ ਕਿ ਮੈਨੂੰ ਸਮੁੰਦਰ ਸਾਹਮਣੇ ਦਿਖਦਾ ਨਹੀਂ ਹੈਗਾ ਪੱਕੀ ਗੱਲ ਹੈ ਤਾਂ ਵੀ ਨੇਚਰ ਬਿਊਟੀ ਇੰਨੀ ਸੋਹਣੀ ਆ ਨਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਜਿਹੜੀਆਂ ਚੀਜ਼ਾਂ ਜਿਹੜੀ ਲੋਕੇਸ਼ਨ ਆ ਜਿਹੜੀ ਲੁੱਕ ਵਾਈਜ਼ ਆਪਣੀ ਅੱਖਾਂ ਓਰੀਜਨਲ ਦੇਖ ਸਕਦੀਆਂ ਨਾ ਉਹ ਜਿਹੜੀ ਕੈਮਰੇ ਦਾ ਲੈਂਜ ਕਦੇ ਵੀ ਦਿਖਾ ਸਕਦਾ ਕੈਮਰਾ ਜਿੰਨਾ ਮਰਜ਼ੀ ਮਹਿੰਗਾ ਹੋਵੇ ਜਿੰਨਾ ਮਰਜ਼ੀ ਵੱਡਾ ਹੋਵੇ ਰੱਬ ਦੇ ਦਿੱਤੇ ਹੋਏ ਲੈਂਜਾਂ ਤੋਂ ਉੱਪਰ ਕੋਈ ਲੈਂਜ ਨਹੀਂ ਬਣਿਆ ਨਾ ਕਦੇ ਬਣਨਾ ਜਿਹੜੀ ਆਪਾਂ ਨੇਚਰ ਤੌਰ 'ਤੇ ਖੂਬਸੂਰਤੀ ਦੇਖਦੇ ਹਾਂ ਬਾਹਲੀ ਬਹੁਤ ਘੈਂਟ ਹੈ ਅਤੇ ਤੁਸੀਂ ਜੇ ਤੁਸੀਂ ਇਟਲੀ ਵਿੱਚ ਰਹਿੰਦੇ ਹੋ ਕਦੇ ਥੋੜ੍ਹਾ ਤੁਹਾਡਾ ਸਬੱਬ ਬਣੇ ਆਉਣ ਦਾ ਤਾਂ ਜ਼ਰੂਰ ਆ ਕੇ ਦੇਖ ਕੇ ਜਾਇਓ ਅਤੇ ਰਵਿੰਦਰ ਕੀ ਕਹਿੰਦੇ ਕਸਤੈਲੋ ਭਲਾ ਕਸਤੈਲੋ ਦੀ ਮੀਰਾ ਮਾਰੇ ਕਿਹੜੀ ਜਗ੍ਹਾ ਦੇ ਉੱਪਰ ਹੈ ਤਰੀਸਤੇ ਦੇ ਨਾਲੇ ਪੈਂਦੀ ਹੈ ਤਰੀਸਤੇ ਨਾਲੇ ਪੈਂਦੀ ਹੈ ਨਾ ਅਤੇ ਜ਼ਰੂਰ ਤੁਹਾਡਾ ਵਿਜ਼ਿਟ ਕਰਕੇ ਜਾਓ ਛੁੱਟੀਆਂ ਦੇ ਵਿੱਚ ਬੱਚੇ ਲੈ ਕੇ ਆਓ ਦੇਖੋ ਪੁਰਾਣੀਆਂ ਚੀਜ਼ਾਂ ਕਿਵੇਂ ਸਾਂਭੀਆਂ ਵੀ ਇਹਨਾਂ ਨੇ ਹਾਂ ਇਹਦਾ ਲੱਗਿਆ ਵੀ ਲਾਈਟਾਂ ਇਹ ਰਾਤ ਨੂੰ ਇੱਥੋਂ ਲਾਈਟਾਂ ਪੈਣੀਆਂ ਸਾਰੀਆਂ ਇਹ ਉੱਤੇ ਇੱਕ ਸੈਲੋ ਵੱਜਦੇ ਉੱਪਰ ਜਾ ਕੇ ਫਿਰ ਦੂਰੋਂ ਸਮੁੰਦਰ ਦੇ ਵਿੱਚੋਂ ਜੀ ਦੇਖਦੇ ਹੋਣਾ ਇਹ ਲਾਈਟਾਂ ਤੋਂ ਬਲਦੀਆਂ ਵਜੇ ਰੁਪਈਆ ਨਾ ਹਾਂ ਅਤੇ ਆਹ ਲੱਗਿਆ ਵੀ ਜਿੰਦਾ ਜਿੰਦੇ ਹੈਗੇ ਜਾਂ ਬਹੁਤ ਪੁਰਾਣਾ ਪਿਆਰ ਹੈ ਇਟਲੀ ਦਾ ਹੈ ਨਾ ਹਾਂ ਇੱਥੋਂ ਦੇਖੋ ਆਹ ਸਮੁੰਦਰ ਤੱਟ ਸਾਰੇ ਇਹਦੇ ਨਾਲ ਨਾਲੇ ਦਾ ਨਿਕਲ ਜਾਂਦਾ ਇਹਦਾ ਅਤੇ ਆਹ ਸਾਰੀ ਹੈਗੀ ਹੈ ਕਸਤੈਲੋ ਦੇਖੋ ਇੱਧਰੋਂ ਕਸਤੈਲੋ ਦਾ ਵੀ ਕਿੱਡਾ ਤਗੜਾ ਮਹਿਲ ਹੈ ਅਤੇ ਇੱਧਰ ਚੱਲਦੇ ਫੋਟੋ ਸ਼ੂਟ ਆਪਣੇ ਭਰਪੂਰ ਸਿੰਘ ਦਾ ਲਗਭਗ 100 ਕਿਲੋਮੀਟਰ ਜਾਣਾ ਤੇ ਸਾਨੂੰ ਜਾਣ ਨੂੰ ਘੰਟਾ ਸਵਾ ਘੰਟਾ ਹਲੇ ਹੋਰ ਲੱਗ ਜਾਣਾ ਇਸ ਕਰਕੇ ਆਪਾਂ ਉੱਪਰ ਜਾਣਾ ਹੈਗਾ ਅਸੀਂ ਇੱਥੋਂ ਚੱਲਦੇ ਘਰ ਨੂੰ 4:35 ਹੋ ਗਏ ਤੇ ਆਪਣਾ ਸਫ਼ਰ ਹੈਗਾ ਇੱਥੋਂ ਤੁਸੀਂ ਸਫ਼ਰ ਕਹਿੰਦਾ ਆਪਣਾ 1.5 ਘੰਟੇ ਦਾ ਅਤੇ ਮੈਂ ਤੇਰੇ ਘੁੰਮ ਘੁੰਮਾ ਕੇ ਆਪਾਂ ਪਹੁੰਚ ਗਏ ਸੀ ਆਪਣੀ ਭੈਣ ਦੇ ਘਰਾਂ ਰੋਟੀ ਪਾਣੀ ਆਪਾਂ ਛੱਕ ਲਿਆ ਪਛਾਦਾ ਪਾਣੀ ਛੱਕ ਕੇ ਅਸੀਂ ਨਾ ਹੁਣ ਸਾਰੇ ਬੰਦੇ ਬੈਠ ਗਏ ਸਲੋਨ ਦੇ ਵਿੱਚ ਹਾਂਜੀ ਉੱਧਰ ਭਾਜੀ ਬੈਠੇ ਆਪਣੇ ਅਤੇ ਉੱਧਰ ਦਿਲਜੋਤ ਸਿੰਘ ਬੈਠੇ ਗੁਰਵਾਲ ਸਿੰਘ ਆਪਣੇ ਫੋਨ ਦੇ ਉੱਪਰ ਮਸਤੀ ਕਰ ਰਹੇ ਹੈ ਅਤੇ ਕੁਲਵੀਰ ਬੈਠੀ ਆ ਅਤੇ ਰੋਟੀ ਪਾਣੀ ਆਪਾਂ ਨੇ ਆਲਰੇਡੀ ਖਾ ਲਿਆ ਦੁੱਧ ਹਲੇ ਪੀਣ ਤੋਂ ਬਾਕੀ ਆ ਅਤੇ ਬਾਕੀ ਜਿਹੜੀ ਗੱਲ ਮੈਂ ਐਡ ਕਰਨੀ ਚਾਹੁੰਦਾ ਉਹ ਗੱਲ ਇਹ ਆ ਵੀ ਨਾ ਆਪਾਂ ਪੰਜਾਬ ਜਦੋਂ ਇਕੱਠੇ ਰਹਿੰਦੇ ਸੀਗੇ ਸਾਰੇ ਜੁਆਇੰਟ ਫੈਮਿਲੀ ਸੀਗੀ ਆਪਣੀਆਂ ਉਦੋਂ ਕੀ ਕਰਨਾ ਸਾਰੇ ਰੋਟੀ ਪਾਣੀ ਖਾ ਕੇ ਕੰਮ ਕਾਰ ਸਾਰੇ ਨਿਬੇੜ ਕੇ ਸਾਰਿਆਂ ਨੇ ਇਕੱਠੇ ਹੋ ਕੇ ਬਹਿਣਾ ਪਰਿਵਾਰ ਦੇ ਵੀ ਰੋਟੀ ਪਾਣੀ ਖਾਣ ਤੋਂ ਬਾਅਦ 'ਚ ਦੁੱਧਾ ਘੁੱਟ ਪੀਣਾ ਗੱਲਾਂ ਬਾਤਾਂ ਕਰਨੀਆਂ ਦਿਨ ਭਰ ਦੀਆਂ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਜਦ ਦੁੱਧ ਪੀ ਕੇ ਸੌਣਾ ਨਾ ਸਾਰੀ ਦਿਨ ਦੀ ਥਕਾਵਟ ਉਤਰੇ ਸਾਰਿਆਂ ਦੀ ਉਹ ਅਤੇ ਅੱਜ ਉਹ ਚੀਜ਼ ਮੈਂ ਫੀਲ ਕਰ ਰਿਹਾ ਉਹਦੇ ਬੜੀ ਕਹਿਣ ਲੱਗੀ ਮੈਨੂੰ ਯਾਰ ਸਾਰੇ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ ਅਸੀਂ ਦੁੱਧ ਪੀਣਾ ਹਾਲ ਸੀ ਉਹਦੇ ਦੁੱਧ ਪਾਣੀ ਪੀ ਕੇ ਬਾਅਦ 'ਚ ਸੌਵਾਂਗੇ ਪਰ ਗੱਲਾਂ ਬਹੁਤ ਨੇ ਕਰਨ ਵਾਲੀਆਂ ਹਲੇ ਗੱਲਾਂ ਬਾਤਾਂ ਵੀ ਕਰਾਂਗੇ ਅਤੇ ਤੁਹਾਨੂੰ ਮਿਲੇ ਕਰੂੰ ਸੋਹਣੇ ਵਲੋਗ ਦੇ ਵੀ ਤੁਹਾਨੂੰ ਅੱਜ ਦਾ ਵਲੋਗ ਪਸੰਦ ਆ ਲਾਈਕ ਕਰਿਓ ਸ਼ੇਅਰ ਕਰਿਓ ਰਿਕਮੈਂਡ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ 'ਤੇ ਕਰਿਓ ਕਲਿੱਕ ਕੱਲ੍ਹ ਨੂੰ ਮਿਲਿਆ ਤੁਹਾਨੂੰ ਸੋਹਣੇ ਵਲੋਗ ਦੇ ਵਿੱਚ ਅਤੇ ਵਲੋਗ ਐਂਡ ਕਰੋ ਆਪਣਾ ਪੁਰਾਣਾ ਕਰੋ ਭਾਈ ਬੰਦ ਦੇਖੋ।